ਕਮਰੇ 'ਚ ਪਾਣੀ ਵੜਨ ਨਾਲ ਇੱਕ ਦੀ ਮੌਤ, ਚਾਰ ਜ਼ਖਮੀ। ਗ੍ਰੇਟਰ ਮੁੰਬਈ ਵਿਖੇ ਇੱਕ ਕਮਰੇ ਵਿੱਚ ਪਾਣੀ ਭਰਨ ਨਾਲ ਮੁੰਬਈ ਨਗਰ ਨਿਗਮ ਦੇ ਇੱਕ ਸਟਾਫ ਮੈਂਬਰ ਦੀ ਮੌਤ ਹੋ ਗਈ, ਜਦਕਿ ਚਾਰ ਜ਼ਖਮੀ ਹੋ ਗਏ। ਇਹ ਘਟਨਾ ਉਸ ਸਮੇਂ ਹੋਈ ਜਦੋਂ ਉਹ ਕਮਰੇ ਦੀ ਸਫਾਈ ਦਾ ਕੰਮ ਕਰ ਰਹੇ ਸਨ। ਇਹ ਘਟਨਾ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ ਵਿੱਚ ਹੋਈ। ਮ੍ਰਿਤਕ ਦੀ ਪਹਿਚਾਣ ਰਾਜੇਸ਼ ਨਿਗਮ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸਾ ਹੋਇਆ ਕਬ ਹੋਇਆ? ਇਹ 12 ਕੇ ਆਸ ਪਾਸ ਹੋਇਆ ਸਰ। ਹੋਇਆ ਕਿਆ ਥਾ, ਐਗਜੈਕਟ ਕਿਆ ਹੋਇਆ ਥਾ? ਉਹ ਨੀਚੇ ਕੰਮ ਚੱਲ ਰਿਹਾ ਥਾ BMC ਕਾ, ਤੋ ਨੀਚੇ ਆਦਮੀ ਬੇਹੋਸ਼ ਹੋ ਗਿਆ। ਕੈਸੇ, ਕਿਸ ਤਰੀਕੇ ਸੇ ਹੋ ਰਹੀ, ਕਿਆ ਥਾ ਅੰਦਰ ਕੁਛ? ਅੰਦਰ ਕੁਛ ਐਸੇ ਦੇਖਾ ਨਹੀਂ, ਅੰਦਰ ਕੈਸੇ ਕਿਆ, ਹਮ ਤੋ ਇਧਰ ਹੀ। ਟੰਕੀ ਦਾ ਗੱਡਾ ਦਾ ਕਿਆ? ਪਾਣੀ ਕਾ ਕੁਛ ਥਾ, ਪਾਣੀ ਕਾ ਟੰਕੀ ਥਾ। ਕਬ ਇਹ ਘਟਨਾ ਹੋਇਆ? ਇਹ 12 ਵਜੇ ਕੇ ਆਸ ਪਾਸ ਹੋਇਆ। ਕੌਨਸੀ ਜਗ੍ਹਾ ਹੈ? ਇਹ ਨਾਨਾ ਚੌਕ।